ਹਾਂਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੇ ਫੇਸਬੁੱਕ ਵਾਲੇ ਜਿੰਨੇ ਵੀ ਮੇਰਾ ਫਰੈਂਡ ਸਰਕਲ ਆ ਮੇਰੇ ਭੈਣ ਭਰਾ ਬਜ਼ੁਰਗ ਮਤਾਵਾ ਮੇਰੇ ਬਾਪ ਦੇ ਸਮਾਨ ਜਿੰਨੇ ਵੀ ਇਨਸਾਨ ਉਹ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਯਾਨੀ ਕਿ ਰਮਨਦੀਪ ਕੌਰ ਮਰਖਾਈ ਵੱਲੋਂ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅੱਗੇ ਵੀ ਤੁਹਾਨੂੰ ਪਤਾ ਆਪਾਂ ਵੱਖ-ਵੱਖ ਮੁੱਦਿਆਂ ਤੇ ਵਿਚਾਰ-ਚਰਚਾ ਕਰਦੇ ਰਹਿੰਨੇ ਆ ਵਿਚਾਰਾਂ ਦੀ ਸਾਂਝ ਪਾਉਂਦੇ ਰਹਿੰਨੇ ਆ ਅੱਜ ਮੇਰੀ ਹੱਥ ਬੰਨ ਕੇ ਬੇਨਤੀ ਆ ਵੀਰ ਜੀ ਅੱਜ ਜਿਹੜੇ ਮਸਲੇ ਤੇ ਜਿਹੜੇ ਵਿਚਾਰ ਨੂੰ ਆਪਾਂ ਲੈ ਕੇ ਤੁਰ ਲਏ ਆ ਉਹ ਦੁਨੀਆ ਦੇ ਹਰ ਕੋਨੇ ਦੇ ਵਿੱਚ ਹਰ ਉਸ ਸ਼ਖਸ ਤੱਕ ਪਹੁੰਚਣਾ ਬਹੁਤ ਜ਼ਰੂਰੀ ਆ ਜਿਹੜਾ ਵੀ ਕਿਸਾਨਾਂ ਨੂੰ ਪਿਆਰ ਕਰਦਾ ਜਿਹੜਾ ਵੀ ਦੁਨੀਆ ਦੇ ਅੰਨਦਾਤੇ ਨੂੰ ਪਿਆਰ ਕਰਦਾ ਜਿਹੜਾ ਇਨਸਾਨ ਇਹ ਚੀਜ਼ ਚਾਹੁੰਦਾ ਕਿ ਹਾਂ ਕਿਸਾਨਾਂ ਦੀ ਜਿੱਤ ਹੋਣੀ ਚਾਹੀਦੀ ਆ ਅੱਜ ਸੂਰੀ ਨੇ ਇੱਕ ਬਹੁਤ ਵੱਡਾ ਭਾਜਪਾ ਦਾ ਇੱਕ ਪਿੱਠੂ ਆ ਜਿਹੜਾ ਉਹਨੇ ਇੱਕ ਬਹੁਤ ਵੱਡਾ ਬਿਆਨ ਦਿੱਤਾ ਕਹਿੰਦਾ ਕਿਸਾਨ ਆ ਜਿਹੜੇ ਉਹ ਦਿੱਲੀ ਦੀਆਂ ਸੜਕਾਂ ਤੇ ਅੰਦੋਲਨ ਨਹੀਂ ਐਸ਼ ਕਰ ਰਹੇ ਆ ਉਹ ਚੀਜ਼ ਨੂੰ ਲੈ ਕੇ ਅੱਜ ਆਪਾਂ ਉਹਨੂੰ ਠੋਕਵੇਂ ਜਵਾਬ ਦੇਵਾਂਗੇ ਮੈਂ ਆਪਦੇ ਵੱਲੋਂ ਜਵਾਬ ਦਿੰਨੀ ਆ ਕਿ ਸੂਰੀ ਜੇ ਤੇਰੀ ਇੰਨੀ ਔਕਾਤ ਆ ਤੇ ਤੂੰ ਇੱਕ ਵਾਰਾ ਕਿਸਾਨੀ ਸਟੇਜ ਤੋਂ ਆਣ ਕੇ ਸਾਡੇ ਸਵਾਲਾਂ ਦੇ ਜਵਾਬ ਦੇ ਤੈਨੂੰ ਅਸੀਂ ਦੱਸਦੇ ਵੀ ਕਾਨੂੰਨ ਕੀ ਆ ਤੇ ਤੁਹਾਡੇ ਕਾਨੂੰਨਾਂ ਨੇ ਕਿਵੇਂ ਸਾਨੂੰ ਲੋਕਾਂ ਨੂੰ ਆਮ ਲੋਕਾਂ ਨੂੰ ਮਾਰਨਾ ਤੇ ਕੁਚਲਣਾ ਸੋ ਹੱਥ ਮੰਨ ਕੇ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਇਸ ਲਾਈਵ ਨੂੰ ਸ਼ੇਅਰ ਕਰੋ ਅੱਜ ਤੱਕ ਮੈਂ ਤੁਹਾਨੂੰ ਕਦੇ ਕਿਸੇ ਨੂੰ ਇਹ ਗੱਲ ਕਈ ਕਿ ਸ਼ੇਅਰ ਕਰੋ ਜਾਂ ਕਮੈਂਟ ਕਰੋ ਕੁਝ ਵੀ ਕਰੋ ਕਿਉਂਕਿ ਮੈਂ ਵਿਊਆਂ ਦੇ ਚੱਕਰ ਚ ਕਦੇ ਵੀ ਲਾਈਵ ਨਹੀਂ ਹੋਈ ਨਾ ਹੋਣਾ ਸਿਰਫ ਮੈਨੂੰ ਇੱਕ ਚੀਜ਼ ਇੱਕ ਹੀ ਚੀਜ਼ ਆ ਕਿ ਸਮਾਜ ਦੇ ਨਾਲ ਦਰਦ ਦਾ ਸਮਾਜ ਦੀਆਂ ਰੀਤੀਆਂ ਜਿਹੜੀਆਂ ਸਮਾਜ ਦੇ ਵਿੱਚ ਜਿਹੜੀਆਂ ਇਹ ਬਰਾਈਆਂ ਫੈਲ ਚੁੱਕੀਆਂ ਐ ਬਰਾਈਆਂ ਖਤਮ ਹੋਣੀਆਂ ਚਾਹੀਦੀਆਂ ਪਰ ਅੱਜ ਉਸ ਸੂਰੀ ਦੇ ਉਸ ਪਿੱਠੂ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣ ਲਈ ਮੈਂ ਤੁਹਾਨੂੰ ਸਾਰੇ ਲੋਕਾਂ ਨੂੰ ਇੱਕ ਮਿਹਨਤੀ ਕਰਦੀ ਹਾਂ ਕਿ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਤਾਂ ਜੋ ਉਸ ਬੰਦੇ ਤੱਕ ਉਸ ਭਾਜਪਾ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚ ਸਕੇ ਕਿ ਉਹ ਜਿਹੜੇ ਉਹਦੇ ਇਸ ਤਰ੍ਹਾਂ ਦੇ ਗੰਦੇ ਆ ਇਹ ਤਾਂ ਕਿਸਾਨਾਂ ਨੂੰ ਦੱਸ ਦੇਣਾ ਮੈਂ ਇਹਨੂੰ ਅੱਜ ਠੋਕ ਕੇ ਇੱਕ ਗੱਲ ਕਹਿਨੀ ਆ ਤੂੰ ਉਸ ਗੰਦੀ ਨਾਲੀ ਦਾ ਕੀੜਾ ਜਿਹਨੇ ਦੁਨੀਆ ਦੇ ਅੰਨਦਾਤੇ ਦੀ ਦੋ ਵਕਤ ਦੀ ਰੋਟੀ ਖਾ ਕੇ ਜਿਹੜਾ ਤੂੰ ਅੱਜ ਤੁਰਿਆ ਫਿਰਦਾ ਤੂੰ ਉਹਦਾ ਸ਼ੁਕਰਗੁਜ਼ਾਰ ਹੋਣ ਦੀ ਬਜਾਏ ਤੂੰ ਅੱਜ ਉਸ ਅੰਨਦਾਤੇ ਦੇ ਉੱਤੇ ਏਡੇ ਏਡੇ ਵੱਡੇ ਇਲਜ਼ਾਮ ਲਾਇਆ ਕੁਛ ਡਰ ਪ੍ਰਮਾਤਮਾ ਦੇ ਕਹਿਰ ਤੋਂ ਹਾਂਜੀ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਚੈਨਲ ਵੱਲੋਂ ਬਾਈਟ ਲਈ ਜਾਂਦੀ ਆ ਸੂਰੀ ਦੀ ਜਿਹੜਾ ਕੇ ਸੂਰੀ ਪਹਿਲਾਂ ਵੀ ਬਹੁਤ ਵਿਵਾਦਾਂ ਦੇ ਵਿੱਚ ਘਰ ਚੁੱਕਿਆ ਸੀ ਪਹਿਲਾਂ ਵੀ ਇਹਨੇ ਬਹੁਤ ਢਕੀਲੇ ਜਿਹੜੇ ਬਿਆਨ ਦਿੱਤੇ ਸੀਗੇ ਅੱਜ ਵੀ ਇਹਦੇ ਜਿਹੜਾ ਬਹੁਤ ਜ਼ਿਆਦਾ ਢਕੀਲਾ ਬਿਆਨ ਆਇਆ ਜਿਹੜਾ ਬਿਆਨ ਦਾ ਮੇਨ ਇਹਦਾ ਬਿਆਨ ਦਾ ਜਿਹੜਾ ਬੋਲ ਸੀਗੇ ਦੇ ਉਹ ਇਹ ਸੀ ਕੌਣ ਕਹਿੰਦਾ ਕਿ ਕਿਸਾਨ ਵਿਚਾਰਾ ਕਿਸਾਨ ਉੱਥੇ ਬੈਠਾ ਅੰਦੋਲਨ ਅੰਦੋਲਨ ਕਰ ਰਿਹਾ ਕਿਸਾਨ ਉੱਥੇ ਐਸ਼ ਕਰ ਰਿਹਾ ਕਿਸਾਨ ਨੂੰ ਬਾਹਰੋਂ ਐਨ ਆਰ ਆਈ ਫੰਡ ਆ ਰਿਹਾ ਕਿਸਾਨ ਉੱਥੇ ਐਸ਼ ਪ੍ਰਸਤੀਆਂ ਕਰ ਰਿਹਾ ਪਹਿਲੀ ਗੱਲ ਤਾਂ ਮੈਂ ਸੂਰੀ ਨੂੰ ਇਹ ਗੱਲ ਦੱਸ ਦੇਣੀ ਚਾਹਨੀ ਆ ਸੂਰੀ ਅਸੀਂ 26 ਨਵੰਬਰ ਦੇ ਉੱਥੇ ਬੈਠੇ ਆ 6 ਮਹੀਨੇ ਹੋਣ ਨੂੰ ਆਏ ਆ ਮੈਂ ਤੈਨੂੰ ਇੱਕ ਗੱਲ ਕਹਿਨੀ ਆ ਤੂੰ 26 ਦਿਨ ਸਾਨੂੰ ਬਹਿ ਕੇ ਵਿਖਾ ਦੇ ਜੇ ਆਸੀਂ ਤੈਨੂੰ ਮੰਨ ਜਾਗੇ ਛੜਕਾਂ ਦੇ ਉੱਤੇ ਬਹਿਣਾ ਕੋਈ ਸੌਖਾ ਨਹੀਂ ਕਹਿੰਦੇ ਆ ਸਾਨੂੰ ਐਨ ਆਰ ਆਈ ਫੰਡ ਕਹਿੰਦਾ ਵੀ ਕਿਸਾਨੀ ਅੰਦੋਲਨ ਨੂੰ ਐਨ ਆਰ ਆਈ ਫੰਡ ਆਉਂਦਾ ਕਿਸਾਨੀ ਭਰਾ ਮੇਰਿਆ ਜਿੱਥੇ ਸੰਗਤ ਹੋ ਜੇ ਨਾ ਸੰਗਤ ਰੱਬੀ ਰੂਪ ਮੰਨੀ ਜਾਂਦੀ ਆ ਤੇ ਰੱਬੀ ਰੂਪ ਦੇ ਵਿੱਚ ਜਦੋਂ ਸੰਗਤਾਂ ਕੇ ਖੜ ਜਾਂਦੀ ਆ ਤਾਂ ਉਹਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿੰਦਾ ਨਾ ਅੰਨ ਦਾ ਨਾ ਧੰਨ ਦਾ ਨਾ ਪਾਣੀ ਦਾ ਨਾ ਰਹਿਂਦਾ ਤੈਨੂੰ ਆਜੋ ਕਿਸਾਨ ਦੀਆਂ ਇਹ ਚੀਜ਼ਾਂ ਤਾਂ ਦਿਸੀਆਂ ਤੈਨੂੰ ਕਿਸਾਨ ਦਾ ਐਸ਼ ਔਰ ਆਰਾਮ ਤਾਂ ਦਿਸ ਗਿਆ ਪਰ ਤੈਨੂੰ ਕਿਸਾਨ ਉਹਨਾਂ ਦਿਸਿਆ ਜਦੋਂ ਪੋ ਮਾਗਦੀਆਂ ਰਾਤਾਂ ਦੇ ਵਿੱਚ ਕਿਸਾਨ ਠੰਡਾਂ ਦੇ ਵਿੱਚ ਬੈਠਾ ਸੀ ਤੈਨੂੰ ਉਹ ਸਾਡੇ ਪਿਓ ਦਾਦੇ ਇਹਨਾਂ ਦਿਸੇ ਸਾਡੇ ਬਜ਼ੁਰਗਾਂ ਨਾ ਦਿਸੇ ਜਿਹੜੇ 500 ਦੇ ਕਰੀਬ ਉਥੇ ਸ਼ਹੀਦियां ਪਾ ਗਏ ਤੈਨੂੰ ਉਹ ਮਾਵਾਂ ਨਾ ਦਿਸੀਆਂ ਬਜ਼ੁਰਗ ਜਿਨ੍ਹਾਂ ਨੂੰ ਤੇਰੇ ਆਰਗੀਆਂ ਪਿੱਠੂ ਆ ਜਿਹੜੀਆਂ ਪਾਜ ਪਾਣੀਆਂ ਕੰਗਣਾ ਰਨੌ ਤਰਗੀਆਂ ਨੇ 100-100 ਰੁਪਏ ਤੇ ਆਂਗਾ ਦੱਸਿਆ ਸੀਗਾ ਤੈਨੂੰ ਉਹ ਦਿਨਾਂ ਦੀ ਸੀ ਜਿੱਦੇ ਤੂਫਾਨ ਬਹੁਤ ਜ਼ਿਆਦੇ ਸੀਗੇ ਤੇ ਕਿਸਾਨਾਂ ਦੇ ਤੰਬੂ ਪੱਟੇ ਗਏ ਸੀ ਤੇ ਬਹੁਤ ਸਾਰਾ ਜਿਹੜਾ ਕਿਸਾਨਾਂ ਦੇ ਤੰਬੂਆਂ ਦੇ ਵਿੱਚ ਪਾਣੀ ਵੜ ਚੁੱਕਿਆ ਸੀ ਤੇ ਅਸੀਂ ਜਿਹਨੇ ਲੋਕਾਂ ਨੇ ਭਾਂਡਿਆਂ ਦੇ ਨਾਲ ਉੱਥੋਂ ਪਾਣੂ ਪਾਣੀ ਕੱਢਿਆ ਉਸ ਟਾਈਮ ਤੇ ਤੂੰ ਉੱਥੇ ਸਾਨੂੰ ਬੰਗਲੇ ਬਹਿ ਕਰਾ ਕੇ ਦਿੱਤੇ ਸੀਗੇ ਬੰਗਲੇ ਪਵਾ ਕੇ ਦਿੱਤੇ ਸੀ ਤੂੰ ਜਾਂ ਸਾਨੂੰ ਹੋਟਲ ਬੁੱਕ ਕਰਾ ਕੇ ਦਿੱਤੇ ਸੀ ਉਹ ਸ਼ਰਮ ਕਰ ਤੂੰ ਕੋਸ਼ਟ ਸ਼ਰਮ ਕਰ ਜੇ ਰੋਣ ਨਹੀਂ ਆਉਂਦਾ ਰੋਂਦੇ ਆਰ ਗਾ ਮੂੰ ਕਰ ਲਾ ਤੂੰ ਅੱਗੇ ਤੁਸੀਂ ਬਾਹਰਲੇ ਮੁਲਕਾਂ ਤੇ ਡਿਪੈਂਡੈਂਟ ਸੀ ਅਨਾਜ ਲਈ ਸਾਨੂੰ ਬਾਹਰਲੇ ਮੁਲਕਾਂ ਤੇ ਡਿਪੈਂਡੈਂਟ ਹੋਣਾ ਪਿਆ ਸੀ ਪਰ ਇੱਕ ਕਿਸਾਨ ਉਹ ਕਿਸਾਨ ਵੀਰ ਜੀਨੇ ਦੱਬ ਨੂੰ ਅਗਾਏ ਦੱਬਦਾਲੀਆਂ ਪੈਲੀਆਂ ਦੇ ਵਿੱਚ ਹਾਲ ਭਾਈ जिने ਬਾਲਦੇ ਚਲਾਏ ਜਿਨੇ ਹਲੀਰੀਆਂ ਦੇ ਨਾਲ ਅਨਾਜ ਬੀਜਿਆ ਤੇ ਫਿਰ ਤੁਹਾਡਾ ਲੋਕਾਂ ਦਾ ਢੱਡ ਭਰਿਆ ਅੱਜ ਤੁਸੀਂ ਇੰਨੇ ਕ ਜਿਆਦਾ ਆਪ ਦੇ ਆਪ ਗਮਾਨ ਦੇ ਵਿੱਚ ਆ ਗਏ ਆ ਅੱਜ ਤੁਹਾਨੂੰ ਇਹ ਨਹੀਂ ਪਤਾ ਲੱਗ ਰਿਹਾ ਚੰਗੇ ਮਾੜੇ ਦੀ ਫਰਕ ਦਾ ਅੱਜ ਤੁਹਾਡੇ ਲਈ ਉਹ ਅਨਾਜ ਵਾਧੂ ਅਨਾਜ ਹੋ ਗਿਆ ਇੱਕ ਤੁਹਾਡਾ ਹੋਰ ਮਿੱਠੂ ਆ ਜਿਹੜਾ ਭਾਜਪਾ ਦਾ ਉਹ ਬਿਆਨ ਦਿੰਦਾ ਕਿ 3 ਸਾਲ ਲਈ ਹਮੇਂ ਅਨਾਜ ਦੀ ਜ਼ਰੂਰਤ ਨਹੀਂ ਉਹ ਜੇ ਤੈਨੂੰ 3 ਸਾਲ ਲਈ ਅਨਾਜ ਦੀ ਜ਼ਰੂਰਤ ਨਹੀਂ ਨਾ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖ ਜਿਨ੍ਹਾਂ ਦੇ ਘਰੇ ਦੋ ਵਕਤ ਦੀ ਰੋਟੀ ਪੱਕਦੀ ਆ ਜਿਹੜੇ ਸੇਰ ਆਟਾ ਲਿਆਉਂਦੇ ਆ ਸਵੇਰ ਦਿਹਾੜੀ ਜਾਂਦੇ ਤੇ ਸ਼ਾਮ ਨੂੰ ਸੇਰ ਆਟਾ ਲੈ ਕੇ ਆਉਂਦੇ ਆ ਤੇ ਫਿਰ ਉਹ ਪਕਾ ਕੇ ਆਪਦੇ ਬੱਚਿਆਂ ਦਾ ਢੱਡ ਪਾਲਦੇ ਆ ਤੇਰੇ ਵਰਗੇ ਲੋਕਾਂ ਦੇ ਕਾਰਨ ਅੱਜ ਸਾਡੇ ਸਮਾਜ ਦੀ ਇਹ ਦਰਦਸ਼ਾ ਹੋਈ ਆ ਮੈਂ ਤੈਨੂੰ ਖੁੱਲਾ ਚੈਲੰਜ ਦਿੰਨੀ ਆ ਸੂਰੀ ਜਿੱਥੇ ਮਰਜੀ ਆਣ ਕੇ ਸਾਡੇ ਨਾਲ ਜਿਹੜੀ ਮਰਜੀ ਸਟੇਜ ਤੇ ਆਣ ਕੇ ਸਾਡੇ ਨਾਲ ਬਹਿਸ ਕਰ ਲੈ ਇੱਕ ਤੂੰ ਹੋਰ ਗੱਲ ਕਹੀ ਸੀ ਤੂੰ ਕਿਹਾ ਸੀ ਕਿ ਇਹਨਾਂ ਨੇ ਜਿਹੜੇ ਹੈਗੇ ਆ ਕਾਨੂੰਨ ਇਹਨਾਂ ਨੂੰ ਬਿਨਾ ਪਰਖੇ ਬਿਨਾ ਦੇਖੇ ਇਹਨਾਂ ਲੋਕਾਂ ਨੇ ਕਿਵੇਂ ਇਹ ਕਹਤਾ ਕਿ ਇਹ ਕਾਨੂੰਨ ਗਲਤ ਆ ਇਹਨਾਂ ਲੋਕਾਂ ਨੇ ਕਿਵੇਂ ਇਹ ਗੱਲ ਕਹਿਤੀ ਕਿ ਕਾਨੂੰਨ ਗਲਤ ਹੈ ਜਿਹੜੀ ਚੀਜ਼ ਦਾ ਪ੍ਰੈਕਟੀਕਲ ਤਜਰਬਾ ਨਹੀਂ ਹੋਇਆ ਫਿਰ ਅਗਲੀ ਤੇਰੀ ਗੱਲ ਇਹ ਹੁੰਦੀ ਆ ਕਿ ਜਦੋਂ ਬੱਚਾ ਛੋਟਾ ਹੁੰਦਾ ਤੇ ਉਹ ਲੌਲੀਪੌਪ ਦੀ ਮੰਗ ਕਰਦਾ ਉਹ ਟੌਫੀਆਂ ਦੀ ਮੰਗ ਕਰਦਾ ਉਹ ਚੌਕਲੇਟ ਦੀ ਮੰਗ ਕਰਦਾ ਪਰ ਮਾਪੇ ਉਹਨੂੰ ਲੈ ਕੇ ਨਹੀਂ ਦਿੰਦੇ ਕਿਉਂ ਨਹੀਂ ਲੈ ਕੇ ਦਿੰਦੇ ਕਿਉਂਕਿ ਉਹਦੇ ਦੰਦ ਖਰਾਬ ਹੋ ਜਾਣਗੇ ਜੇ ਤੂੰ ਉਦਾਹਰਣ ਇਹ ਦੇਣੀ ਜਾਣਦਾ ਸੀ ਇਹ ਉਦਾਹਰਣ ਦਾ ਦੂਜਾ ਪਾਸਾ ਵੀ ਵੇਂਦਾ ਹਮੇਸ਼ਾ ਇੱਕ ਸਿੱਕੇ ਦੇ ਦੋ ਪਹਿਲੂ ਹੋਏ ਆ ਸੂਰੀ ਦੂਜਾ ਪਾਸਾ ਇਹ ਵੇਂਦਾ ਜੇ ਤੂੰ ਉਹ ਬੱਚਿਆਂ ਦੀ ਉਦਾਹਰਨ ਦੇ ਕੇ ਸਾਡੇ ਲੋਕਾਂ ਨੂੰ ਸਮਝਾਉਣ ਤੁਰਿਆ ਸੀ ਤਾਂ ਸਾਡੇ ਲੋਕਾਂ ਦੀ ਵੀ ਇੱਕ ਅਨਸੀਅਤ ਯਾਦ ਰੱਖੀ ਵੀ ਜੇ ਉਹ ਬੱਚਿਆਂ ਨੂੰ ਲੌਲੀਪੌਪ ਨਹੀਂ ਨਾ ਅਸੀਂ ਦੇ ਸਕਦੇ ਉਹਨਾਂ ਦੀਆਂ ਝਾੜਾਂ ਖਰਾਬ ਹੋਣੀਆਂ ਤੇ ਫਿਰ ਕਿਸਾਨੇ ਕਾਨੂੰਨ ਕਿਵੇਂ ਆਉਣ ਦੇ ਦੇਣ ਸਾਨੂੰ ਪਤਾ ਇੱਕ ਕਾਨੂੰਨ ਸਾਡੇ ਲਈ ਮਾਰੂ ਆ ਸਾਡੇ ਲਈ ਘਾਤਕ ਇਹਨਾਂ ਕਾਨੂੰਨਾਂ ਦੇ ਨਾਲ ਸਾਡੇ ਆਮ ਲੋਕਾਂ ਦਾ ਕਾਣ ਹੋਣਾ ਅਸੀਂ ਬਰਾਵੋ ਮਿਰੋ ਤੁਸੀਂ ਇੱਕ ਚੀਜ਼ ਵੇਖ ਲਓ ਐਤਕੀ ਕਿਸਾਨਾਂ ਨੇ ਫਸਲਾਂ ਵੀ ਵੇਚੀਆਂ ਜਿਨ੍ਹਾਂ ਲੋਕਾਂ ਨੇ ਠੇਕਿਆਂ ਦੇ ਜ਼ਮੀਨਾਂ ਲਈਆਂ ਸੀ ਉਹਨਾਂ ਦੇ ਜਿਹੜੇ ਚੈੱਕ ਆ ਉਹ ਜਿਹੜੇ ਜ਼ਮੀਨਾਂ ਦੇ ਮਾਲਕਾ ਉਹਨਾਂ ਦੇ ਖਾਤਿਆਂ ਦੇ ਵਿੱਚ ਆਏ ਆ 6-6 ਮਹੀਨੇ ਉਹਨਾਂ ਨੇ ਦਿਨ ਰਾਤ ਇੱਕ ਮਿਹਨਤ ਕਰਕੇ ਉਹਨਾਂ ਲੋਕਾਂ ਨੇ ਤੇ ਜਿਹੜਾ ਉਹਨਾਂ ਨੇ ਫਸਲ ਦਾ ਮੂੰਹ ਵੇਖਿਆ ਸੀ ਕਿਸੇ ਨੇ ਧੀ ਵੀ ਆਉਣੀ ਸੀ ਕਿਸੇ ਨੇ ਭੈਣ ਬਾਹਰ ਉਠਾਉਣੀ ਸੀ ਕਿਸੇ ਨੇ ਕੋਈ ਇੱਜ਼ਤ ਕਰਾਉਣਾ ਸੀ ਕਿਸੇ ਨੇ ਘਰ ਪਾਉਣਾ ਸੀ ਅਜੋ ਲੋਕ ਐਸੇ ਇਨਾਂ ਲੋਕਾਂ ਨੇ ਇੱਥੋਂ ਤੱਕ ਡਿਪੈਂਡਡ ਕਰਤੇ ਆ ਕਿ ਉਹਨਾਂ ਲੋਕਾਂ ਨੂੰ ਅਜ ਦੂਜਿਆਂ ਦੇ ਹੱਥਾਂ 'ਵਲ ਵੇਖਣਾ ਪੈ ਰਿਹਾ ਜੇ ਅਸੀਂ ਗੱਲ ਕਰਕੇ ਸਾਡੇ ਕਿਸਾਨ ਭਰਾਵਾਂ ਨੂੰ ਇਹਨਾਂ ਲੋਕਾਂ ਦੀਆਂ ਇਹ ਗੱਲਾਂ ਕਰਨ ਦੀ ਤਾਂ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਸਾਡੇ ਲੋਕਾਂ ਨੂੰ ਆਪਦੇ ਗਰੇਵਾਨ ਦੇ ਸੂਰੀ ਅਰਗਿਆਂ ਨੂੰ ਝਾਤ ਮਾਰ ਲੈਣੀ ਚਾਹੀਦੀ ਆ ਕਿਉਂਕਿ ਆਂ ਤੂੰ ਤਾਂ ਤੂੰ ਬਹੁਤ ਉੱਚ ਕੋਟੀ ਦਾ ਵਿਦਵਾਨ ਬੰਦਾ ਬਹੁਤ ਫਲਸਫੀਆਂ ਝਾੜਦਾ ਪਰ ਇੱਕ ਵਾਰੀ ਅਸੀਂ ਤੈਨੂੰ ਇਹ ਗੱਲ ਕਹਿੰਨੇ ਆ ਤੂੰ ਸੰਯੁਕਤ ਮੋਰਚੇ ਦੀ ਸਟੇਜ ਤੋਂ ਆਣ ਕੇ ਸਾਡੇ ਸਵਾਲਾਂ ਦੇ ਜਵਾਬ ਦੇ ਤੂੰ ਕਹਿਣਾ ਇਹਨਾਂ ਕਾਨੂੰਨਾਂ ਦੇ ਵਿੱਚ ਮਾੜਾ ਕੁਝ ਨਹੀਂ ਜੇ ਇਹਨਾਂ ਕਾਨੂੰਨਾਂ ਦੇ ਵਿੱਚ ਮਾੜਾ ਕੁਝ ਨਹੀਂ ਤਾਂ ਇੰਨੀਆਂ ਮੀਟਿੰਗਾਂ ਪਹਿਲਾਂ ਹੋਊਗਾ ਉਹਨਾਂ ਦੇ ਵਿੱਚ ਤੋਮਰ ਖੇਤੀਬਾੜੀ ਮੰਤਰੀ ਇਹ ਚੀਜ਼ ਕਿਉਂ ਮੰਨਿਆ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਸੋਧ ਹੋਊਗੀ ਕੁਝ ਗੱਲਾਂ ਸੋਧ ਹੋਣ ਵਾਲੀਆਂ ਜੇ ਸੋਧ ਹੋਣ ਵਾਲੀਆਂ ਤਾਂ ਨੇਚਰਲੀ ਇਹ ਜਿਹੜੇ ਕਾਨੂੰਨ ਇਹ ਮਾੜੇ ਆ ਇਹ ਸਾਡੇ ਹਿੱਤਾਂ ਲਈ ਨਹੀਂ ਆ ਇਹ ਕਾਨੂੰਨ ਇਹ ਕਾਨੂੰਨ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਪ੍ਰਫੁੱਲਤ ਕਰਨ ਵਾਲੇ ਆ ਇਹਨਾਂ ਗੱਲਾਂ ਦਾ ਕੋਈ ਮੈਅਨੇ ਨਹੀਂ ਨਿਕਲਦੇ ਤੂੰ ਕਿਸਾਨਾਂ ਦੇ ਜ਼ਖਮਾਂ ਨੂੰ ਚੇੜਨਾ ਨੂਨ ਨਾ ਪਾ ਉਹਨਾਂ ਤੇ ਨਹੀਂ ਜਿਹੜੀ ਕਿਸਾਨਾਂ ਦੀ ਹਾ ਇੱਕ ਦਿਨ ਇਹੋ ਜੀ ਲੱਗੂਗੀ ਤੈਨੂੰ ਉਹ ਕਾਲ ਪੁਰਖ ਦੀ ਵੱਜੀ ਲਾਠੀ ਦੀ ਆਵਾਜ਼ ਨਹੀਂ ਆਉਣੀ ਪਰ ਦਰਦ ਬਹੁਤ ਭਿਆਨਕ ਹੋਊਗਾ ਸੂਰੀ ਬਹੁਤ ਜ਼ਿਆਦਾ ਭਿਆਨਕ ਹੋਊਗਾ ਕਦੇ ਤੁਸੀਂ ਦੱਸਦੇ ਆਂ ਔਰਤਾਂ 100-100 ਰੁਪਏ ਤੇ ਇੱਥੇ ਆਉਂਦੀਆਂ ਕਦੇ ਤੁਸੀਂ ਦੱਸਦੇ ਆ ਕਿਸਾਨ ਵਿਹਲੇ ਬੈਠੇ ਆ ਫਿਰ ਤੁਹਾਡੇ ਜੋਗੀ ਦਾ ਇੱਕ ਬਿਆਨ ਆਉਂਦਾ ਸੀ ਉਦੋਂ ਵੀ ਮੈਂ ਸਯੁਗਤ ਮੋਰਚੇ ਦੀ ਸਟੇਜ ਤੋਂ ਲਾਂਚ ਕੀਤਾ ਸੀ ਜੋਗੀ ਕਹਿੰਦਾ ਕਿਸਾਨਾਂ ਦੀ ਕਿਸਾਨ ਸੜਕਾਂ ਤੇ ਪ੍ਰੋਟੈਸਟ ਕਰਦੇ ਨਹੀਂ ਚੰਗੇ ਲੱਗਦੇ ਖੇਤਾਂ ਦੇ ਵਿੱਚ ਹਲ ਚਲਾਉਂਦੇ ਚੰਗੇ ਲੱਗਦੇ ਆ ਤੇ ਮੈਂ ਉਹਨੂੰ ਵੀ ਇੱਕ ਜਵਾਬ ਦਿੱਤਾ ਸੀ ਵੀ ਜੋਗੀ ਆ ਜਿਹੜੇ ਉਹ ਸਰਕਾਰਾਂ ਚ ਲਾਉਂਦੇ ਨਹੀਂ ਚੰਗੇ ਲੱਗਦੇ ਉਹ ਸੱਪਾਂ ਨਹੀਂ ਆ ਖੁੱਡਾਂ ਦੇ ਵਿੱਚੋਂ ਜਿਹੜੇ ਸੱਪ ਫੜਦੇ ਨਜ਼ਰ ਆਉਣੀ ਚਾਹੀਦੇ ਆ ਉਹ ਵੀ ਉੱਥੇ ਹੀ ਚੰਗੇ ਲੱਗਦੇ ਆ ਜੇ ਕਿਸਾਨਾ ਕਿਸਾਨ ਖੇਤਾਂ ਦੇ ਵਿੱਚ ਹੋਣੇ ਚਾਹੀਦੇ ਆ ਤਾਂ ਜਿਹਦੀ ਾਕਾਤ ਜਿੱਥੋਂ ਜਿੱਥੋਂ ਦੀ ਆ ਉਹ ਆਪਦੀ ਾਕਾਤ ਨੂੰ ਉੱਥੇ-ਉੱਥੇ ਜਾ ਕੇ ਰੱਖੇ ਸਾਨੂੰ ਕੋਈ ਸ਼ੌਂਕ ਨਹੀਂ ਸੀਗਾ ਸਾਡੇ ਬਾਬੇ ਦਾਦਿਆਂ ਨੂੰ ਕੋਈ ਸ਼ੌਂਕ ਨਹੀਂ ਸੀ ਸਾਡੇ ਪੋਰਾ ਪਰ ਬੱਚਿਆਂ ਨੂੰ ਕੋਈ ਸ਼ੌਂਕ ਨਹੀਂ ਸੀ ਕਿ ਅਸੀਂ ਦਿੱਲੀ ਦੀਆਂ ਸੜਕਾਂ ਤੇ ਜਾ ਕੇ ਬੈਠ ਗਏ ਅੱਤ ਦੀ ਠੰਡ ਦੇ ਵਿੱਚ ਬੈਠ ਗਏ ਅੱਤ ਦੀ ਗਰਮੀ ਦੇ ਵਿੱਚ ਬੈਠ ਗਏ ਮੀਆਂ ਮੀ ਨੇਰੀ ਝਖੜ ਝੋਲਿਆਂ ਦੇ ਵਿੱਚ ਬੈਠ ਗਏ ਆ ਇਹਨਾਂ ਨੂੰ ਕਿਸਾਨਾਂ ਦੀ ਐਸ਼ ਯਾਦ ਆ ਗਈ। ਇੱਕ ਗੱਲ ਹੋਰ ਇਹ ਕਹਿੰਦਾ ਕਹਿੰਦਾ ਜੀ ਕਿਸਾਨਾਂ ਲਈ ਤਾਂ ਮਸ਼ੀਨਾਂ ਬਾਹਰ ਤੋਂ ਆ ਰਹੀਆਂ। ਕੋਈ ਕੱਪੜੇ ਧੋਈ ਜਾ ਰਿਹਾ, ਕੋਈ ਇਹਨਾਂ ਦੀ ਮ사ਜ ਕਰੀ ਜਾ ਰਿਹਾ, ਕੋਈ ਉੱਥੇ ਰੋਟੀਆਂ ਪਕਾਈ ਜਾ ਰਿਹਾ, ਕੋਈ ਆਟਾ ਗੁੰਨੀ ਜਾ ਰਿਹਾ। ਮੈਂ ਇਹਨੂੰ ਪੁੱਛਣਾ ਚਾਹੁੰਨੀ ਆ ਵੀ ਭਾਈ ਸਾਹਿਬ ਇਹਨਾਂ 'ਚ ਕੋਈ ਇੱਕ ਮਸ਼ੀਨ ਤੇਰੀ ਵੀ ਆਈ ਹੈ ਵਿੱਚ? ਤੈਨੂੰ ਦੁੱਖ ਕਿਸ ਗੱਲ ਦਾ? ਤੈਨੂੰ ਕਿਹੜੀ ਗੱਲ ਦਾ ਦੁੱਖ ਆ? ਜੇ ਉੱਥੇ ਵੀਰ ਭਰਾਵਾਂ ਨੇ ਉਹ ਲੰਗਰ ਲਾਏ ਆ। ਵੱਡਪਨ ਆ ਉਹਨਾਂ ਲੋਕਾਂ ਦਾ। ਜਿਨ੍ਹਾਂ ਲੋਕਾਂ ਨੇ ਉੱਥੇ ਜਾ ਕੇ ਲੰਗਰ ਲਾਇਏ ਜਿਨ੍ਹਾਂ ਲੋਕਾਂ ਨੂੰ ਪਤਾ ਸੀ ਵੀ ਉੱਥੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਆ ਕਿਉਂਕਿ ਜਿਹੜੇ 80-80 ਸਾਲ ਦੇ ਬਜ਼ੁਰਗਾਂ 4-4 5-5 ਕਿਲੋਮੀਟਰ ਤੋਂ ਚੱਲ ਕੇ ਜਦੋਂ ਸਟੇਜ ਤੇ ਜਾਂਦੇ ਸੀ ਉਹ ਥੱਕ ਜਾਂਦੇ ਸੀ ਕੱਪੜੇ ਧੋਣ ਵਾਲੀਆਂ ਸਾਡੀਆਂ ਮਾਵਾਂ ਪੈਣਾ ਕਿੰਨੇ ਕ ਕੱਪੜੇ ਧੋ ਸਕਦੀਆਂ ਸੀ ਸਾਈਦਾ ਕਰਦੀ ਆ ਮੈਂ ਉਹਨਾਂ ਨੌਜਵਾਨਾਂ ਨੂੰ ਜਿਹੜੇ ਦਿਨ ਰਾਤ ਇੱਕ ਕਰਕੇ ਉੱਥੇ ਲੱਗੇ ਹੋਏ ਆ ਪਰ ਮੈਂ ਦਿਨ ਨੂੰ ਇੱਕ ਗੱਲ ਕਹਿੰਦੀ ਆ ਸੂਰੀ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਆਵਦੇ ਗਰੀਵਾਨ ਚਾਹ ਤਮਾਰਿਓ ਕੇ ਤੁਸੀਂ ਕਿਸਾਨਾ ਦੇ ਨਾਲ ਕੀ ਕੀਤਾ ਜੇ ਦਰਾੜ ਨੂੰ ਭਰਨ ਤੇ ਅਗੇ ਤਾਂ ਦਰਾੜਾਂ ਭਰ ਜਾਂਦੀਆਂ ਪਰ ਜੇ ਦਰਾੜਾਂ ਨੂੰ ਹਵਾ ਮਿਲ ਜੇ ਤਾਂ ਇੱਕ ਦਿਨ ਬਹੁਤ ਢੂੰਗੀਆਂ ਖਾਈਆਂ ਬਣ ਜਾਂਦੀਆਂ ਤੇ ਉਹਨਾਂ ਖਾਈਆਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਨੁਕਸਾਨ ਕਿਹਦੇ ਕਿਹਦੇ ਹੋਣੇ ਆ ਸੋ ਮੇਰੇ ਉਪਰਾਵੋ ਮੇਰੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਉਹਨਾਂ ਲੋਕਾਂ ਤੱਕ ਪਹੁੰਚ ਜੇ ਜਿਹੜੇ ਲੋਕ ਇਸ ਤਰ੍ਹਾਂ ਦੇ ਬਿਆਨਬਾਜ਼ੀਆਂ ਕਰਦੇ ਆ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਕਿਸਾਨ ਜਿਹੜਾ ਜੇ ਕਿਸਾਨ ਚਾਹੁੰਦਾ ਉਹ ਦੰਗੇ ਪ੍ਰਸਾਦ ਵੀ ਕਰ ਸਕਦਾ ਸੀ ਉਹ ਬੜਾ ਕੁਛ ਕਰ ਬੜਾ ਸ਼ਾਂਤਮਈ ਕਿਸਾਨ ਪ੍ਰੋਟੈਸਟ ਤੇ ਬੈਠੇ ਹੋਏ ਆ ਕੋਈ ਅਸੀਂ ਕੋਈ ਹੁੱਲੜਬਾਜ਼ੀਆਂ ਨਹੀਂ ਕੀਤੀਆਂ ਸਾਡਾ ਸਬਰ ਆ ਜਿਹੜਾ ਸਾਡੇ ਸਬਰ ਨੂੰ ਹੋਰ ਨਾ ਪਰਖਣ ਸਰਕਾਰਾਂ ਜੇ ਗੱਲ ਬੰਦ ਹੀ ਆ ਜੇ ਗੱਲ ਕਿਸੇ ਸਹਿਮਤੀ ਤੇ ਆਉਂਦੀ ਆ ਸਾਡੇ ਨਾਲ ਵਿਚਾਰ ਕਰਨ ਨਹੀਂ ਇਸ ਤਰ੍ਹਾਂ ਦੇ ਢੜਕੀਲੇ ਬਿਆਨਬਾਜ਼ੀਆਂ ਤੋਂ ਗਰੇਜ਼ ਕਰਨ ਨਹੀਂ ਤਾਂ ਜੇ ਅਸੀਂ ਖੂਹ ਦੇ ਵਿੱਚ ਰੋੜਾ ਸਿੱਟਾਂਗੇ ਤਾਂ ਆਵਾਜ਼ ਤਾਂ ਆਣੀ ਆਉਣੀ ਆ ਇੰਨੀ ਆ ਕਿ ਮੇਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ